ਇਸ ਵੇਲੇ ਬਹੁ ਗਿਣਤੀ ਲੋਕ ਪੰਜਾਬ ਨੂੰ ਛੱਡ ਕੇ ਵਿਦੇਸ਼ਾਂ ਵਿੱਚ ਜਾਣਾ ਚਾਹੁੰਦੇ ਨੇ ਅਤੇ ਆਪਣੀ ਜ਼ਿੰਦਗੀ ਨੂੰ ਸੈੱਟ ਵਿਦੇਸ਼ਾਂ ਦੇ ਵਿੱਚ ਕਰਨਾ ਚਾਹੁੰਦੇ ਨੇ, ਪਰ ਕੁਝ ਕੰਟਰੀਆਂ ਅਜਿਹੀਆਂ ਵੀ ਨੇ ਜਿਨ੍ਹਾਂ ਦੇ ਵਿੱਚ ਇਨਸਾਨ ਸਾਰੀ ਜ਼ਿੰਦਗੀ ਗਾਲ ਦਿੰਦਾ ਪਰ ਹੱਥ ਉਹਨਾਂ ਦੇ ਕੁਝ ਨਹੀਂ ਲੱਗਦਾ, ਅਖੀਰ ਆਣ ਕੇ ਹੱਥ ਖਾਲੀ ਹੋ ਜਾਂਦੇ ਨੇ। ਇਹ ਕੰਟਰੀਆਂ ਅਰਬਨ ਸਟੇਟ ਜਿਹੜੀਆਂ ਹੈਗੀਆਂ ਨੇ ਉਹਨਾਂ ਦੇ ਵਿੱਚ ਪੰਜਾਬ ਦੇ ਬਹੁਤ ਸਾਰੇ ਲੋਕ ਗਏ ਨੇ ਪਰ ਆਖਿਰਕਾਰ ਆ ਕੇ ਉਹਨਾਂ ਦੇ ਹੱਥ ਖਾਲੀ ਹੁੰਦੇ ਆ, ਸਿਰਫ ਘਰ ਦਾ ਗੁਜ਼ਾਰਾ ਹੀ ਮਸਾਂ ਚੱਲਦਾ ਹੈ। ਸੋ ਇਸੇ ਤਰ੍ਹਾਂ ਦਾ ਪਰਿਵਾਰ ਇੱਕ ਸਾਡੇ ਨਾਲ ਆ ਜਿਹੜੇ ਕਿ ਪਿਛਲੇ 1 ਸਾਲਾਂ ਤੋਂ ਉੱਥੇ ਸਾਊਦੀ ਅਰਬ ਦੇ ਵਿੱਚ ਫਸਿਆ ਸੀਗਾ, ਕਿਉਂਕਿ ਜਿਹੜੀ ਕੰਪਨੀ ਦੇ ਵਿੱਚ ਇਹ ਕੰਮ ਕਰਦੇ ਸੀਗੇ ਉਹ ਕੰਪਨੀ ਬੰਦ ਹੋ ਗਈ ਅਤੇ ਵੀਜ਼ਾ ਜਿਹੜਾ ਆ ਇਹਨਾਂ ਦਾ ਐਕਸਟੈਂਡ ਨਹੀਂ ਹੋਇਆ। ਤਾਂ ਇਹ ਅੱਜ ਹੀ ਸਵੇਰੇ ਸਾਊਦੀ ਅਰਬ ਤੋਂ ਪੰਜਾਬ ਆਏ ਨੇ, ਆਪਣੇ ਘਰ ਆਏ ਨੇ, ਪਰਿਵਾਰ ਦੇ ਵਿੱਚ ਆਏ ਨੇ। ਇਹਨਾਂ ਨਾਲ ਗੱਲਬਾਤ ਕਰਦੇ ਕਿ ਉੱਥੋਂ ਦੇ ਹਾਲਾਤ ਕੀ ਨੇ, ਕਿਸ ਤਰੀਕੇ ਦੇ ਨਾਲ 1 ਸਾਲ ਇਹਨਾਂ ਨੇ ਕੱਢਿਆ ਵੀਜ਼ੇ ਤੋਂ ਬਿਨਾਂ, ਅਤੇ ਆਖਰ ਦੇ ਵਿੱਚ ਆ ਕੇ ਕਿਹੋ ਜਿਹਾ ਲੱਗ ਰਿਹਾ। ਸਭ ਤੋਂ ਪਹਿਲਾਂ ਤਾਂ ਤੁਹਾਡਾ ਪੰਜਾਬ ਦੇ ਵਿੱਚ ਜੀ ਆਇਆਂ ਨੂੰ ਕਿ ਤੁਸੀਂ ਪੰਜਾਬ ਪਰਤੇ ਹੋ, ਅਤੇ ਸਾਊਦੀ ਅਰਬ ਦੇ ਵਿੱਚ ਕੀ ਹਾਲਾਤ ਨੇ, ਕਿਹੜੀ ਕੰਪਨੀ ਦੇ ਵਿੱਚ ਤੁਸੀਂ ਉੱਥੇ ਕੰਮ ਕਰਦੇ ਸੀਗੇ? ਅਸੀਂ J&P ਕੰਪਨੀ ਦੇ ਵਿੱਚ ਉੱਥੇ ਕੰਮ ਕਰਦੇ ਸੀਗੇ, ਜਿਹੜੀ ਕੰਪਨੀ ਬੰਦ ਹੋਣ ਕਰਕੇ ਸਾਨੂੰ ਵਾਪਸ ਆਉਣ ਦਾ ਵੀਜ਼ਾ ਨਹੀਂ ਸੀ ਮਿਲ ਰਿਹਾ। ਵੀਜ਼ਾ ਸਾਡਾ ਖਤਮ ਹੋਣ ਕਰਕੇ ਕੰਪਨੀ ਸਾਡਾ ਵੀਜ਼ਾ ਨਹੀਂ ਲਵਾ ਰਹੀ ਸੀ, ਅਤੇ ਅਸੀਂ ਬਹੁਤ ਪਰੇਸ਼ਾਨ ਸੀ। ਉੱਥੇ ਵੀਜ਼ਾ ਨਾ ਹੋਣ ਕਰਕੇ ਅਸੀਂ ਨਾ ਤਾਂ ਕੈਂਪ 'ਚੋਂ ਬਾਹਰ ਜਾ ਸਕਦੇ ਸੀ ਅਤੇ ਨਾ ਅਸੀਂ ਕਿਤੇ ਬਾਹਰ ਕੰਮ ਕਰ ਸਕਦੇ ਸੀ, ਕਿਉਂਕਿ ਇੱਥੋਂ ਜਿਹੜਾ ਵੀ ਬੰਦਾ ਅਰਬ ਕੰਟਰੀ ਦੇ ਵਿੱਚ ਜਾਂਦਾ ਆ ਉਹ ਹਰ ਮਹੀਨੇ ਜੋ ਵੀ ਉਹਨੂੰ ਸੈਲਰੀ ਮਿਲਦੀ ਆ ਉਹ ਆਪਣੇ ਪਰਿਵਾਰ ਨੂੰ ਵਾਪਸ ਇੰਡੀਆ ਭੇਜ ਦਿੰਦਾ ਆ। ਜੇ ਸਾਡਾ ਵੀਜ਼ਾ ਖਤਮ ਹੋਣ ਕਾਰਨ ਅਸੀਂ ਹੁਣ ਪਰਿਵਾਰ ਤੋਂ ਵਾਪਸ ਪੈਸੇ ਤਾਂ ਨਹੀਂ ਸੀ ਮੰਗਾ ਸਕਦੇ, ਕਿਉਂਕਿ ਸਾਡੀ ਫਿਰ ਇਹ ਇੰਡੀਆ ਗੌਰਮੈਂਟ ਨੇ ਜਿਹੜੀ ਸਾਡੀ ਉੱਥੇ ਸੁਸ਼ਮਾ ਸਵਰਾਜ ਨੇ, BK ਸਿੰਘ ਔਰ ਅਸ਼ੋਕ ਸਰੀਨ ਹੁਣੀ ਇਹਨਾਂ ਨੇ ਸਾਡੀ ਨਿਊਜ਼ 'ਚ ਲਾ ਕੇ ਨਿਊਜ਼ ਲਾਈ ਆ, ਇਹਦੇ ਨਾਲ ਸਾਨੂੰ ਬਹੁਤ ਉੱਥੇ ਸਹੂਲਤ ਮਿਲੀ ਆ। ਕਿੰਨੇ ਚਿਰ ਤੋਂ ਤੁਸੀਂ ਇਸੇ ਕੰਪਨੀ ਦੇ ਵਿੱਚ ਕੰਮ ਕਰਦੇ ਸੀ, ਕਦੋਂ ਦੇ ਤੁਸੀਂ ਪੰਜਾਬ ਨੂੰ ਛੱਡ ਕੇ ਉੱਧਰ ਗਏ ਸੀ ਕੰਮ ਕਰਨ? ਮੈਂ 1995 'ਚ ਗਿਆ ਸੀਗਾ, ਮੈਨੂੰ 24 ਸਾਲ ਹੋ ਗਿਆ ਉੱਥੇ ਕੰਮ ਕਰਦੇ ਨੂੰ। ਪਹਿਲਾਂ ਇੱਦਾਂ ਦੀ ਕੋਈ ਗੱਲਬਾਤ ਨਹੀਂ ਸੀਗੀ, ਲੇਕਿਨ ਫਿਰ ਜਦੋਂ ਕੰਪਨੀ ਫੇਲ ਹੋਣ ਕਰਕੇ ਸਾਨੂੰ ਵਾਪਸ ਘਰ ਆਉਣਾ ਪਿਆ, ਘਰ ਵੀ ਆਉਣਾ ਮਜਬੂਰੀ ਸੀ ਸਾਡੀ। ਜਦ ਸਾਨੂੰ ਉੱਥੇ ਸੈਲਰੀ ਨਹੀਂ ਸੀ ਮਿਲਦੀ ਫਿਰ ਸਾਡੇ ਘਰ ਦੇ ਖਰਚੇ ਬੰਦ ਹੋ ਗਏ, ਇਸ ਕਰਕੇ ਸਾਨੂੰ ਨਾ ਤਾਂ ਉੱਥੇ ਦਾ ਵੀਜ਼ਾ ਮਿਲ ਰਿਹਾ ਸੀ। ਵੀਜ਼ਾ ਜੇ ਲੈ ਅਸੀਂ ਘਰ ਨੂੰ ਆਉਣਾ ਚਾਹੁੰਦੇ ਸੀ ਤਾਂ ਸਾਡੇ ਕੋਲੋਂ ਪੈਸੇ ਉਸ ਟਾਈਮ ਵੀਜ਼ੇ ਦੇ ਲੈਣੇ ਸੀਗੇ ਉਹਨਾਂ ਨੇ 8-8 ਹਜ਼ਾਰ ਰੁਪਈਆ, ਲੇਕਿਨ ਸਾਡੇ ਕੋਲ ਉਹ ਪੈਸੇ ਨਾ ਹੋਣ ਕਰਕੇ ਅਸੀਂ ਆਪਣੀ ਇੰਡੀਆ ਸਰਕਾਰ ਨੂੰ ਅਸੀਂ ਆਪਣੀ ਗੁਹਾਰ ਲਗਾਈ ਵੀ ਸਾਨੂੰ ਕਿਸੇ ਨਾ ਕਿਸੇ ਤਰ੍ਹਾਂ ਕਰਕੇ। ਪੰਜਾਬੀ ਲੋਕ ਜਾਂ ਉੱਥੋਂ ਦੇ ਹੋਰ ਆਪਣੇ ਸਟੇਟਾਂ ਦੇ ਲੋਕ ਕਿੰਨੇ ਕੁ ਫਸੇ ਆ ਉੱਥੇ? ਸਾਰੇ ਤਾਂ ਨਹੀਂ, ਮੈਂ ਕਹਿ ਸਕਦਾ ਵੀ ਸਾਰੀਆਂ ਜਾਣੀ ਕੰਪਨੀਆਂ ਬੇਕਾਰ ਹੋ ਗਈਆਂ, ਕੁਛ ਕੰਪਨੀਆਂ ਜਿਹੜੀਆਂ ਕੰਮ ਬੰਦ ਹੋ ਗਿਆ ਕੁਛ ਕੰਪਨੀਆਂ ਦੇ, ਬਾਕੀ ਕੰਪਨੀਆਂ ਸਹੀ ਢੰਗ ਨਾਲ ਚੱਲਦੀਆਂ, ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ। ਜਿਹੜੇ ਕੰਪਨੀਆਂ ਦੇ ਫੇਲ ਹੋ ਗਈਆਂ, ਵੀਜ਼ੇ ਨਹੀਂ ਉਹਨਾਂ ਨੇ ਦਿੱਤੇ, ਉਹਨਾਂ ਨੂੰ ਪ੍ਰੋਬਲਮ ਹੋਈ ਆ। ਕਿੰਨੇ ਕੁ ਬੰਦੇ ਆਪਾਂ ਗਿਣ ਦਈਏ ਵੀ ਮੋਟਾ ਮੋਟਾ ਹਿਸਾਬ ਲਾ ਲਈਏ ਕਿੰਨੇ ਕੁ ਬੰਦੇ ਹੋਣਗੇ? ਸਾਡੀ ਜਿਹੜੀ ਕੰਪਨੀ ਦੇ ਉੱਥੇ ਘੱਟੋ ਘੱਟ 1,000 ਬੰਦਾ ਆਪਣਾ ਪੰਜਾਬ ਦਾ, ਬਾਕੀ ਤਾਂ ਹੋਰ ਤਾਂ ਬਹੁਤ ਸਟੇਟਾਂ ਦੇ ਵਿੱਚ ਆ, ਅਤੇ ਜਿਹੜਾ ਇੰਡੀਆ ਦਾ ਬੰਦਾ ਉਹ 1,000 ਆ। ਬਾਕੀ ਤਾਂ ਜੇ ਸਟੇਟ ਦੀ ਗੱਲ ਕਰੀਏ ਤਾਂ ਦੂਜੀਆਂ ਕੰਟਰੀਆਂ ਦੀ ਵੀ ਗੱਲ ਕਰੀਏ ਤਾਂ ਬੰਗਲਾਦੇਸ਼ੀ, ਨੇਪਾਲ, ਪਾਕਿਸਤਾਨ, ਸ਼੍ਰੀਲੰਕਾ, ਫਿਲੀਪੀਨ ਔਰ ਚਾਈਨਾ ਵੀ। ਅੱਛਾ, ਵਾਈਫ ਵੀ ਉਹਨਾਂ ਦੇ ਪਤਨੀ ਨਾਲ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਜ਼ਿੰਦਗੀ ਦੇ 24 ਸਾਲ ਇਹਨਾਂ ਨੇ ਆਪਣੇ ਬਾਹਰ ਗਾਲ 'ਤੇ, ਲੱਗਦਾ ਹੈ ਕਿ ਆਖਰ ਦੇ ਵਿੱਚ ਆ ਕੇ ਕੁਝ ਹੱਥ ਲੱਗਿਆ ਤੁਹਾਡੇ? ਨਹੀਂ ਜੀ, ਨਹੀਂ ਲੱਗਾ। ਇਸ ਪਹਿਲਾਂ ਤਾਂ ਜਾਣੀ ਠੀਕ ਠਾਕ ਸੀਗੇ, ਜਿਹੜੇ ਹੁਣ 1 ਸਾਲ ਤੋਂ ਆ ਵੀ ਹੁਣ ਨਹੀਂ ਕੁਛ ਵੀ ਹੱਥ ਲੱਗਾ ਹੈਗਾ। ਹਾਂਜੀ, ਲੋਕ ਇੰਨਾ ਇੰਨਾ ਸਮਾਂ ਬਾਹਰ ਵਿਦੇਸ਼ਾਂ ਦੇ ਵਿੱਚ ਚਲੇ ਜਾਂਦੇ ਆ ਕੁਝ ਚੰਦ ਪੈਸੇ ਨੂੰ ਕਮਾਉਣ ਦੇ ਲਈ, ਆਪਣਾ ਘਰ ਚਲਾਉਣ ਲਈ, ਇੱਥੇ ਨਹੀਂ ਲੱਗਦਾ ਕਿ ਉਨੇ ਕੁ ਪੈਸੇ ਅਸੀਂ ਇੱਥੇ ਵੀ ਕਮਾ ਸਕਦੇ ਹਾਂ? ਨਹੀਂ ਕਮਾ ਸਕਦੇ, ਉਨਾ ਨਹੀਂ ਹੁੰਦਾ ਜਿੰਨਾ ਇੱਧਰ ਉੱਧਰ ਹੈਗਾ ਆ। ਇੱਧਰ ਤਾਂ ਬਹੁਤ ਘੱਟ ਹੈਗਾ, ਇੱਧਰ ਤਾਂ ਆਪਣਾ ਮੁਸ਼ਕਲ ਆ ਥੋੜ੍ਹੀ, ਗੁਜ਼ਾਰਾ ਹੀ ਮਸੀਂ ਹੁੰਦਾ ਆ, ਉਹਨਾਂ ਨਹੀਂ ਕਮਾ ਸਕਦੇ ਹੈਗੇ। ਬੇਟੀਆਂ ਵੀ ਨਾਲ ਆ ਉਹਨਾਂ ਦੇ, ਉਹਨਾਂ ਨਾਲ ਗੱਲਬਾਤ ਕਰ ਲੈਂਦੇ ਹਾਂ ਕਿ 1 ਸਾਲ ਬਾਅਦ ਤੁਹਾਡੇ ਫਾਦਰ ਸਾਹਿਬ ਅੱਜ ਘਰ ਆਏ ਨੇ, ਅਤੇ ਉਮੀਦ ਕਿਸ ਤਰ੍ਹਾਂ ਦੀ ਸੀਗੀ, ਸਰਕਾਰਾਂ ਤੋਂ ਉਮੀਦ ਕਿਸ ਤਰ੍ਹਾਂ ਦੀ ਸੀਗੀ, ਅਤੇ ਕੀ ਲੱਗਦਾ ਸੀ ਜਦੋਂ ਇਹਨਾਂ ਨਾਲ ਫੋਨ 'ਤੇ ਗੱਲ ਹੁੰਦੀ ਸੀ ਵੀਜ਼ੇ ਤੋਂ ਬਗੈਰ ਇਹ ਉੱਥੇ ਰਹਿ ਰਹੇ ਸੀਗੇ? ਲੱਗਦਾ ਸੀਗਾ ਔਖਾ ਥੋੜ੍ਹਾ ਜਿਹਾ ਲੱਗਦਾ ਤਾਂ ਹੋਊਗਾ ਕਿ ਡੈਡੀ ਉੱਥੇ ਇਕੱਲੇ ਨੇ, ਅਤੇ ਡਰ ਵੀ ਲੱਗਦਾ ਹੋਊਗਾ ਤੁਹਾਨੂੰ? ਹਾਂਜੀ ਲੱਗਦਾ ਸੀ। ਅੱਜ ਆ ਗਏ ਨੇ ਵਾਪਸ, ਹੁਣ ਇਹਨਾਂ ਨੂੰ ਜਾਣ ਦਿਓਗੇ ਬਾਹਰ ਤੁਸੀਂ? ਨਹੀਂ, ਉਹ ਨਹੀਂ ਜਾਣ ਦੋਗੇ। ਅੱਛਾ, ਤੁਸੀਂ ਪੜ੍ਹ ਰਹੇ ਹੋ ਅਤੇ
ਤੁਹਾਨੂੰ ਲੱਗਦਾ ਕਿ ਬਾਹਰ ਜਾਣਾ ਠੀਕ ਆ ਹੁਣ ਆਪਣੇ ਇੱਥੋਂ ਦੇ, ਕਿਉਂਕਿ ਕਈ ਕੰਟਰੀਆਂ ਦੇ ਵਿੱਚ ਜਿਸ ਤਰ੍ਹਾਂ ਤੁਹਾਡੇ ਫਾਦਰ ਸਾਹਿਬ ਨੇ ਇੰਨੀ ਮੁਸ਼ਕਲ ਆਈ ਆ, ਤੁਹਾਨੂੰ ਲੱਗਦਾ ਕਿ ਆਪਾਂ ਨੂੰ ਬਾਹਰ ਜਾਣਾ ਚਾਹੀਦਾ ਹੈ? ਹਾਂਜੀ, ਜਾਣਾ ਚਾਹੀਦਾ ਹੈ, ਕਿਉਂਕਿ ਸਾਰੀਆਂ ਕੰਪਨੀਆਂ ਤਾਂ ਨਹੀਂ ਇੱਦਾਂ ਖਰਾਬ ਹੁੰਦੀਆਂ, ਕਈ ਹੁੰਦੀਆਂ, ਰੇਅਰ ਚਾਂਸ ਹੀ ਹੁੰਦੇ ਆ ਇੱਦਾਂ ਖਰਾਬ ਹੋਣ ਦੇ, ਮੋਸਟਲੀ ਤਾਂ ਨਹੀਂ ਹੁੰਦੀਆਂ, ਇਸ ਲਈ ਜਾਣਾ ਚਾਹੀਦਾ। ਜਾਣਾ ਇਸ ਕਰਕੇ ਚਾਹੀਦਾ ਕਿ ਇੱਥੋਂ ਹੁਣ ਕੁਝ ਰਿਹਾ ਨਹੀਂ ਹੈ, ਬਾਹਰ ਉਸ ਤਰੀਕੇ ਨਾਲ ਕਮਾਈਆਂ ਹੋ ਜਾਂਦੀਆਂ ਨੇ। ਹਾਂਜੀ, ਇੱਥੇ ਇੰਨਾ ਨਹੀਂ ਬਣਦਾ ਹੈਗਾ ਜਿੰਨਾ ਬਾਹਰ ਜਾ ਕੇ ਬਣ ਜਾਂਦਾ। ਅੱਛਾ, ਕਿੰਨੇ ਕੁ ਪੈਸੇ ਬਣ ਜਾਂਦੇ ਸੀਗੇ ਜੀ ਜੇ ਆਪਾਂ ਉੱਧਰਲੇ ਹਿਸਾਬ ਨਾਲ ਜਿੰਨੀ ਤੁਸੀਂ ਮਿਹਨਤ ਕਰਦੇ ਇੱਥੇ ਆ ਕੇ, ਕਿੰਨੇ ਕੁ ਪੈਸੇ ਤੁਸੀਂ ਭੇਜ ਦਿੰਦੇ ਸੀ ਘਰੇ? ਦੇਖੋ ਜੀ, ਉੱਥੇ ਸਾਡੀ ਜੇ 2000 ਦੀ ਸੈਲਰੀ ਬਣਦੀ ਸੀਗੀ ਤਾਂ ਇੱਥੇ ਦਾ ਤੁਸੀਂ ਲਾ ਲਓ ਵੀ 36,000 ਰੁਪਈਆ ਬਣ ਜਾਂਦਾ ਸੀ ਮਹੀਨੇ ਦਾ। ਤਾਂ ਜੇ ਅਸੀਂ ਇੱਥੇ ਇੱਕ ਮਹੀਨਾ ਕੰਮ ਕਰੀਏ ਤਾਂ ਸਾਨੂੰ ਕਿਸੇ ਨੇ 15,000 ਨਹੀਂ ਦੇਣਾ। ਜੇ ਅਸੀਂ ਕਿਸੇ ਫੈਕਟਰੀ 'ਚ ਕੰਮ ਕਰਦੇ ਹਾਂ ਜਾਂ ਦਿਹਾੜੀ ਵੀ ਕਰਦੇ ਹਾਂ ਤਾਂ ਸਾਨੂੰ ਵੱਧ ਤੋਂ ਵੱਧ 12,000 ਰੁਪਈਆ ਬਣ ਜਾਊਗਾ। 12,000 ਦੇ ਵਿੱਚ ਤੁਸੀਂ ਦੇਖ ਲਓ ਵੀ ਘਰ ਦੇ ਵੀ ਖਰਚੇ ਕਿੰਨੇ ਕੁ ਹੁੰਦੇ ਆ, ਆਪਣੇ ਬੱਚਿਆਂ ਦੀ ਪੜ੍ਹਾਈ ਦੇ ਵੀ ਖਰਚੇ ਕਿੰਨੇ ਹੁੰਦੇ, ਆਪਾਂ ਘਰ ਦੇ ਖਰਚੇ ਸਾਰੇ ਚਲਾ ਨਹੀਂ ਸਕਦੇ। ਬਾਹਰ ਦਾ ਇੱਦਾਂ ਹੁੰਦਾ ਵੀ ਜਾਣੀ ਕਿ ਇੱਕ ਬੰਦੇ ਦੀ ਲਾਈਫ ਖਰਾਬ ਤਾਂ ਜ਼ਰੂਰ ਹੋ ਜਾਂਦੀ, ਲੇਕਿਨ ਆਪਣੀ ਫੈਮਿਲੀ ਦੀ ਲਾਈਫ ਵਧੀਆ ਬਣਾ ਦਿੰਦਾ। ਆਪਣੀ ਤਾਂ ਇਨਸਾਨ ਵਾਕਈ ਇੱਕ ਖਰਾਬ ਕਰ ਲੈਂਦਾ ਕਿ ਪਰਿਵਾਰ ਨੂੰ ਥੋੜ੍ਹਾ ਸੁੱਖ ਸਹੂਲਤ ਮਿਲ ਜੇ। ਅੱਛਾ, ਹੁਣ ਕਿ ਦਿਲ ਕਰਦਾ ਕਿ ਹੁਣ ਜਾਵਾਂਗੇ ਬਾਹਰ ਨੂੰ ਜਾਣਾ ਵਾ, ਜਾਂ ਤੁਸੀਂ, ਕਿਉਂਕਿ ਇੱਥੇ ਵੀ ਜੋ ਜ਼ਿੰਦਗੀ ਦੇ ਅਹਿਮ ਪੜਾਅ ਸੀਗਾ ਉਹ ਤਾਂ ਤੁਸੀਂ ਬਾਹਰ ਕਰਤਾ, ਇੱਥੇ ਵੀ ਕੰਮ ਨਹੀਂ ਸਿੱਖਿਆ, ਹੁਣ ਇੱਥੋਂ ਦੇ ਤੌਰ ਤਰੀਕੇ ਵੀ ਤੁਹਾਨੂੰ ਸਿੱਖਣੇ ਪੈਣਗੇ, ਅਤੇ ਹੁਣ ਲੱਗਦਾ ਕਿ ਬਾਹਰ ਹੀ ਜਾਣਾ ਕਿ ਜਾਂ ਇੱਥੇ ਕੰਮ ਸੈੱਟ ਕਰੋਗੇ? ਦੇਖੋ ਜੀ, ਹੁਣ ਤਾਂ ਇੱਥੇ ਕੰਮ ਕਰਨਾ ਪੈਣਾ, ਕਿਉਂਕਿ ਬਾਹਰ ਜਾਣ 'ਤੇ ਜਿੰਨੀ ਪਹਿਲਾਂ ਜੋ ਵੀ ਸੀਗਾ ਬਾਹਰ ਦੇ ਜਿਹੜੇ ਅਰਬ ਕੰਟਰੀਆਂ ਦੇ ਵੀਜ਼ੇ ਆ ਉਹ 55 ਸਾਲ ਤੋਂ ਬਾਅਦ ਤਾਂ ਵੀਜ਼ਾ ਮਿਲਦਾ ਨਹੀਂ, ਹੁਣ ਸਾਡੀ ਉਮਰ ਵੀ 55 ਸਾਲ ਦੀ ਹੋ ਗਈ ਆ। ਜੇ ਘੱਟ ਹੁੰਦੀ ਤਾਂ ਫਿਰ ਅਸੀਂ ਬਾਹਰ ਦੂਜੀਆਂ ਕੰਟਰੀ ਅਸੀਂ ਕੰਪਨੀ 'ਚ ਵੀ ਜਾ ਵੀ ਸਕਦੇ ਸੀਗੇ। ਅੱਛਾ, ਲੱਗਦਾ ਕਿ ਇੰਨਾ ਸਮਾਂ 24 ਸਾਲ ਤੁਸੀਂ ਉੱਥੇ ਰਹੇ ਹੋ, ਅਖੀਰ ਦੇ ਵਿੱਚ ਆ ਕੇ ਕੁਝ ਖੱਟਿਆ? ਲੇਕਿਨ ਖੱਟਿਆ ਤਾਂ ਕੁਛ ਨਹੀਂ, ਲੇਕਿਨ ਸਾਡੀ ਜਿਹੜੀ ਫੈਮਿਲੀ ਦੀ ਲਾਈਫ ਜਿੰਨਾ ਚਿਰ ਅਸੀਂ ਬਾਹਰ ਰਹੇ ਉਹ ਸਾਡੀ ਵਧੀਆ ਰਹੀ ਆ, ਬਾਕੀ ਤਾਂ ਹੋਰ ਤਾਂ ਹੁਣ ਕਹਿ ਨਹੀਂ ਸਕਦੇ। ਜੇ ਕੰਪਨੀ ਨਾ ਸਾਡੀ ਖਰਾਬ ਹੁੰਦੀ ਤਾਂ ਅਸੀਂ ਹਜੇ ਤੱਕ ਵੀ ਪੂਰੀ ਜ਼ਿੰਦਗੀ ਉੱਥੇ ਰਹਿੰਦੇ, ਕਿਉਂਕਿ ਉੱਥੇ ਦੀ ਜਿਹੜੀ ਲਾਈਫ ਹੈ ਬਹੁਤ ਵਧੀਆ ਆ, ਕੋਈ ਦਿੱਕਤ ਨਹੀਂ ਕੰਮ ਕਰਨੇ ਦੀ, ਪੈਸੇ ਦੀ ਕੋਈ ਦਿੱਕਤ ਨਹੀਂ ਹੁੰਦੀ। ਅਤੇ ਜਿਹੜੇ ਸਰਕਾਰਾਂ ਨੂੰ ਤੁਸੀਂ ਕੁਝ ਕਹਿਣਾ ਚਾਹੋਗੇ, ਕਿਉਂਕਿ ਸਰਕਾਰਾਂ ਦੀਆਂ ਨਾਕਾਮੀਆਂ ਨੇ ਕਿ ਸਾਨੂੰ ਇੱਥੇ ਕੰਮ ਨਹੀਂ ਮਿਲ ਰਹੇ ਤਾਂ ਹੀ ਲੋਕ ਬਾਹਰ ਨੂੰ ਭੱਜ ਰਹੇ ਆ, ਤੁਸੀਂ ਵੀ ਆਪਣੀ ਉਮਰ ਬਾਹਰ ਕੱਢਤੀ, ਨੌਜਵਾਨ ਪੀੜ੍ਹੀ ਜਿਹੜੀ ਆ ਉਹ ਵੀ ਹੁਣ ਬਾਹਰ ਜਾਣ ਨੂੰ ਕਰਦੀ ਆ, ਤੁਸੀਂ ਸਰਕਾਰਾਂ ਨੂੰ ਕੁਝ ਕਹਿਣਾ ਚਾਹੋਗੇ? ਨਹੀਂ, ਇਹਦੇ ਵਿੱਚ ਜ਼ਿੰਮੇਦਾਰ ਹੈ ਤਾਂ ਸਰਕਾਰ, ਠੀਕ ਆ, ਲੇਕਿਨ ਅੱਜ ਕੱਲ੍ਹ ਜਿੰਨੇ ਵੀ ਨੌਜਵਾਨ ਕੋਈ ਵੀ ਪੜ੍ਹਿਆ ਲਿਖਿਆ ਉਹਨੂੰ ਇੱਥੇ ਕੋਈ ਰੁਜ਼ਗਾਰ ਤਾਂ ਮਿਲਦਾ ਨਹੀਂ, ਤੋ ਮਜਬੂਰੀ ਨਾਲ ਉਹ ਵੀ ਬਾਹਰ ਜਾਂਦਾ ਆ। ਜਦ ਬੰਦੇ ਨੂੰ ਮਜਬੂਰੀ ਹੁੰਦੀ ਆ ਤਾਂ ਫਿਰ ਉਹਨੂੰ ਕੰਮ ਵੀ ਸਾਰੇ ਜ਼ਰੂਰੀ ਹੁੰਦੇ ਆ, ਉਹਨੂੰ ਇਹ ਚਾਹੁੰਦਾ ਵੀ ਮੈਂ ਵੱਧ ਤੋਂ ਵੱਧ ਪੈਸਾ ਕਿੱਥੇ ਕਮਾ ਸਕਦਾ, ਇਸੇ ਕਰਕੇ ਬਾਹਰ ਜਾਂਦੇ ਆ। ਜੇ ਸਾਨੂੰ ਇੱਥੇ ਨੌਕਰੀਆਂ ਮਿਲਣ ਤਾਂ ਫਿਰ ਬਾਹਰ ਜਾਣ ਦੀ ਵੀ ਕੋਈ ਲੋੜ ਨਹੀਂ। ਗੱਲਬਾਤ ਕਰਨ ਲਈ, ਸੋ ਸਰਕਾਰਾਂ ਵੱਲੋਂ ਦਾਅਵੇ ਤਾਂ ਵੱਡੇ ਵੱਡੇ ਕੀਤੇ ਜਾਂਦੇ ਨੇ ਜਦੋਂ ਚੋਣਾਂ ਆਉਂਦੀਆਂ ਨੇ ਕਿ ਅਸੀਂ ਲੋਕਾਂ ਨੂੰ ਨੌਕਰੀ ਜ਼ਰੂਰ ਦੇਵਾਂਗੇ, ਕਰੋੜਾਂ ਦੇ ਹਿਸਾਬ ਨਾਲ ਕਹਿ ਦਿੱਤਾ ਜਾਂਦਾ ਕਿ ਅਸੀਂ ਨੌਕਰੀਆਂ ਦੇਵਾਂਗੇ, ਪਰ ਨੌਕਰੀਆਂ ਅਸਲ ਦੇ ਵਿੱਚ ਨਹੀਂ ਦਿੱਤੀਆਂ ਜਾਂਦੀਆਂ, ਉਹਦਾ ਰੂਪ ਹੋਰ ਕਿਸਮ ਦਾ ਹੁੰਦਾ। ਕਿਉਂਕਿ ਹੁਣ ਤਾਂ ਪੰਜਾਬ ਸਰਕਾਰ ਵੀ ਦਾਅਵੇ ਕਰ ਰਹੀ ਹੈ ਕਿ ਅਸੀਂ 2.5 ਸਾਲਾਂ ਦੇ ਵਿੱਚ ਬਹੁਤ ਸਾਰੀਆਂ ਨੌਕਰੀਆਂ ਦੇ ਦਿੱਤੀਆਂ, ਪਰ ਅਸਲ ਤਸਵੀਰ ਜਿਹੜੀ ਹੈ ਕਿ ਨੌਜਵਾਨਾਂ ਨੂੰ ਸਿਰਫ ਇੱਕੋ ਹੀ ਰਾਹ ਲੱਭਦਾ ਆ, ਜਾਂ ਤਾਂ ਕੈਨੇਡਾ ਨੂੰ ਜਾਣਗੇ ਜਾਂ ਅਮਰੀਕਾ ਨੂੰ ਜਾਣਗੇ। ਜੇਕਰ ਸਰਕਾਰਾਂ ਸੰਜੀਦਾ ਇਸ ਮਸਲੇ ਨੂੰ ਲੈ ਕੇ ਨਾ ਹੋਈਆਂ ਤਾਂ ਪੰਜਾਬ ਨੌਜਵਾਨਾਂ ਤੋਂ ਸੱਖਣਾ ਹੋ ਕੇ ਰਹਿ ਜਾਵੇਗਾ। ਕੈਮਰਾਮੈਨ ਪਵਨ ਕਨੌਜੀਆ ਦੇ ਨਾਲ ਮਨਦੀਪ ਸਿੰਘ, ਦੈਨਿਕ ਸਵੇਰਾ ਟੀਵੀ, ਫਗਵਾੜਾ। ਸਾਰੀ ਸਾਰੀ ਰਾਤ ਕਿਣਾ ਮੈਂ।